ਮਾਨਯੋਗ ਡੀ ਜੀ ਪੀ ਸਾਹਿਬ ਅਤੇ ਸੀਪੀ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ, ਉਹਨਾਂ ਦੇ ਦਿਸ਼ਾ ਨਿਰਦੇਸ਼ ਹੈ ਸਾਨੂੰ ਕਿ ਕਿਸੇ ਵੀ ਤਰ੍ਹਾਂ ਦੀ ਜੋ ਵੀ ਕ੍ਰਾਈਮ ਹੈ ਉਹ 'ਤੇ ਪ੍ਰੋਐਕਟਿਵ ਹੋ ਕੇ ਕੰਮ ਕਰਨਾ ਹੈ। ਅਤੇ ਇਹ ਜਿਹੜਾ ਮਸਲਾ ਹੈ ਇਹਦੇ ਵਿੱਚ ਇੱਕ ਸਸਪੈਕਟਡ ਐਕਿਊਜ਼ਡ ਸੀ, ਜਿਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਬੰਦਾ ਜਿਹੜਾ ਆਰਮੀ ਯੂਨੀਫੋਰਮਸ ਹੁੰਦੀਆਂ ਹੈ ਉਹਨੂੰ ਪਾ ਕੇ ਹੌਲਗੇਟ ਇਲਾਕੇ ਵਿੱਚ ਸ਼ੱਕੀ ਦੇਖਿਆ ਗਿਆ ਹੈ। ਉਹਦੀ ਇਨਫੋਰਮੇਸ਼ਨ ਜਦੋਂ ਹੀ ਸਾਨੂੰ ਮਿਲੀ ਤਾਂ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੀ ਟੀਮ ਹੈਡਡ ਬਾਏ ADCP ਜ਼ੋਨ 1 ਡਾਕਟਰ ਦਰਪਨ ਆਲੂਵਾਲੀਆ, ECP ਸੈਂਟਰਲ ਸੁਰਿੰਦਰ ਜੀ, SHO ਡੀ ਡਿਵੀਜ਼ਨ ਸੁਖਵਿੰਦਰ ਜੀ, ਇਹਨਾਂ ਦੀ ਟੀਮ ਨੇ ਬਹੁਤ ਪ੍ਰੋਐਕਟਿਵ ਹੋ ਕੇ ਇਹ 'ਚ ਕੰਮ ਕੀਤਾ। ਐਂਡ ਇਹਨਾਂ ਜੁਆਇੰਟ ਓਪਰੇਸ਼ਨ ਅਲੋਂਗ ਵਿਦ ਦ ਮਿਲਟਰੀ ਇੰਟੈਲੀਜੈਂਸ, ਉਹਨਾਂ ਦਾ ਵੀ ਸਾਨੂੰ ਪੂਰਾ ਇੱਕ ਕੋਆਪਰੇਸ਼ਨ ਮਿਲਾ। ਉਹ ਬੰਦਾ ਜਿਹੜਾ ਹੈਗਾ ਉਹ ਰਾਊਂਡ ਅਪ ਕੀਤਾ ਗਿਆ। ਜਦੋਂ ਉਸ ਬੰਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹਨੇ ਆਪਣਾ ਨਾਮ ਸੰਦੀਪ ਸਿੰਘ ਦੱਸਿਆ ਅਤੇ ਉਹਨੇ ਇਹ ਦੱਸਿਆ ਕਿ ਉਹ ਚਿਕਨਾ ਪਿੰਡ ਅਨੰਦਪੁਰ ਸਾਹਿਬ ਦਾ ਵਸਨੀਕ ਹੈ ਅਤੇ ਉਹਨੇ ਜਿਹੜੀ ਵਰਦੀ ਪਾਈ ਹੋਈ ਹੈ ਉਹਦੇ ਰਿਗਾਰਡਿੰਗ ਜਦੋਂ ਉਹ ਤੋਂ ਪੁੱਛਗਿੱਛ ਕੀਤੀ ਗਈ, ਹੀ ਵਾਜ਼ ਵੇਅਰਿੰਗ ਮੇਜਰ ਰੈਂਕ, ਸੋ ਉਹਦਾ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਪਾਇਆ। ਸੋ ਦੈਨ ਔਨ ਦ ਬੇਸਿਸ ਆਫ ਦੈਟ ਹੀ ਵਾਜ਼ ਰਾਊਂਡਡ ਅਪ ਐਂਡ ਐਨ FIR ਵਾਜ਼ ਰਜਿਸਟਰਡ, FIR ਨੰਬਰ 11 ਡੇਟਡ 10/3/23, ਉਹ ਰਜਿਸਟਰ ਹੋਈ PSD ਡਿਵੀਜ਼ਨ ਅੰਡਰ ਸੈਕਸ਼ਨ 420, 467, 468, 471, 171, 140 ਐਂਡ ਆਲਸੋ Section 6 ਓਫਿਸ਼ੀਅਲ ਸੀਕਰੇਟ ਐਕਟ। ਜਦੋਂ ਉਹਦੀ ਫਰਦਰ ਪੁੱਛਗਿੱਛ ਹੋਈ ਤਾਂ ਉਹਦਾ ਸਮਾਨ ਫਰੋਲਿਆ ਗਿਆ ਅਤੇ ਉਹਦੇ ਵਿੱਚ ਜਿਹੜੀ ਹੈਗੀ ਆਰਮੀ ਦੀ ਵੱਖ ਵੱਖ ਰੈਂਕਾਂ ਦੀਆਂ ਵਰਦੀਆਂ ਜਿਹੜੀਆਂ ਹੈਗੀ ਉਹਦੇ 'ਚੋਂ ਬਰਾਮਦ ਹੋਈ ਹੈ। ਸੋ ਇਹ ਜਿਹੜਾ ਮੈਟਰ ਹੈ ਇਹ ਬਹੁਤ ਹੀ ਸਸਪੀਸ਼ੀਅਸ ਜਾਪਦਾ ਹੁੰਦਾ ਹੈ ਐਂਡ ਦਿਸ ਇਜ਼ ਬੀਂਗ ਫਰਦਰ ਜਿਹੜਾ ਹੈਗਾ ਇਨਵੈਸਟੀਗੇਟਿਡ। ਅਤੇ ਇਹਦੇ ਵਿੱਚ ਕੋਈ ਅਗਰ ਇੰਟਰਸਟੇਟ ਲਿੰਕੇਜਿਸ ਹੈ ਜਾਂ ਨਹੀਂ ਜਾਂ ਵੈਦਰ ਕੁਛ ਇੰਟਰਨੈਸ਼ਨਲ ਲਿੰਕੇਜਿਸ ਵੀ ਹੈਗੇ ਆ ਨਹੀਂ, ਇਹ ਸਾਰੇ ਜਿਹੜੇ ਹੈਗੇ ਏਜੰਸੀਜ਼ ਮਿਲ ਕੇ ਅਲੋਂਗ ਵਿਦ ਦ ਕੋਆਪਰੇਸ਼ਨ ਆਫ ਦ ਮਿਲਟਰੀ ਇੰਟੈਲੀਜੈਂਸ ਇਹ 'ਚ ਕੰਮ ਕੀਤਾ ਜਾ ਰਿਹਾ ਜੀ। ਦੇਖੀਏ ਇਹੀ ਆ ਜਿਹੜੀਆਂ ਗੱਲਾਂ ਹੈਗੀਆਂ ਉਹ ਸਾਰੀ ਅੰਡਰ ਇਨਵੈਸਟੀਗੇਸ਼ਨ ਹੈ, ਬਟ ਯੈਸ ਉਹਦੀ ਫੋਟੋਜ਼ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਹਦੇ ਕੋਲ 5 ਤੋਂ 6 ਵਰਦੀਆਂ ਸਾਨੂੰ ਮਿਲੀਆਂ ਅਤੇ ਉਹਦੀ ਜਿਵੇਂ ਰੈਂਕ ਵਾਈਜ਼ ਹੁੰਦੀ ਹੈ, ਜਿਵੇਂ ਪੁਲਿਸ 'ਚ ਵੀ ਰੈਂਕਿੰਗ ਹੁੰਦੀ ਹੈ ਉੱਦਾਂ ਹੀ ਆਰਮੀ 'ਚ ਵੱਖ ਵੱਖ ਰੈਂਕਸ ਫਰੋਮ ਦਾ ਲੋਅਰ ਰੈਂਕ ਅਪ ਟੂ ਦਾ ਰੈਂਕ ਆਫ ਦਾ ਮੇਜਰ, ਉਹਦਾ ਸਮਾਨ ਇਹਦੇ ਕੋਲੋਂ ਸਾਨੂੰ ਮਿਲਿਆ ਹੈ, ਉਹ ਵੈਰੀਫਾਈ ਕਰਦੇ ਪਏ ਜੀ। ਉਸਦੀ ਸ਼ੱਕ ਦੀ ਸੂਈ ਕਿਸ ਤਰ੍ਹਾਂ ਗਈ ਇਹਦੇ ਵੱਲ, ਕਿਸ ਤਰ੍ਹਾਂ ਲੱਗਾ ਕਿ ਇਹ ਵਾਕਈ ਗਲਤ ਵਾ ਅਨਸਰ ਹੈ? ਦੇਖੀਏ ਜਦੋਂ ਇੱਕ ਸਿਵਿਲੀਅਨ ਬੰਦਾ ਜਦੋਂ ਵਰਦੀ ਪਾਉਂਦਾ ਹੈ ਤਾਂ ਉਹਦਾ ਵਰਦੀ ਪਾਉਣ ਦਾ ਤਰੀਕਾ ਵੱਖਰਾ ਹੁੰਦਾ ਹੈ, ਹੈ ਨਾ। ਸਾਡੀ ਜਿਹੜੀ ਟ੍ਰੇਨਿੰਗ ਹੁੰਦੀ ਹੈ, ਭਾਵੇਂ ਉਹ ਪੁਲਿਸ ਦੀ ਟ੍ਰੇਨਿੰਗ ਹੋਈ ਜਾਂ ਆਰਮੀ ਦੀ ਟ੍ਰੇਨਿੰਗ ਹੁੰਦੀ ਹੈ, ਦ ਪਰਸਨ ਚੇਂਜਸ, ਸੋ ਹੀ ਵਾਜ਼ ਨੋਟ ਕੈਰੀਇੰਗ ਦ ਯੂਨੀਫੋਰਮ ਪ੍ਰੋਪਰਲੀ। ਉਹਦਾ ਜਿਹੜਾ ਹਾਵ ਭਾਵ ਸੀ, ਉਹਦਾ ਡੀਲ ਡੋਲ ਸੀ, ਉਹ ਜਿਵੇਂ ਚੱਲਦਾ ਪਿਆ ਸੀ ਉੱਥੇ, ਜਦੋਂ ਉਹ ਤੋਂ ਪੁੱਛਗਿੱਛ ਕੀਤੀ ਗਈ ਤਾਂ ਦੈਨ ਹੀ ਕੁਡ ਨੋਟ ਗਿਵ ਐਨੀ ਸੈਟਿਸਫੈਕਟਰੀ ਆਨਸਰ। ਉਹ ਫਿਰ ਜਦੋਂ ਫਰਦਰ ਵੈਰੀਫਾਈ ਹੋਇਆ ਔਰ ਉਹਦਾ ਬੈਗ ਜਿਹੜਾ ਉਹਨੇ ਕੈਰੀ ਕੀਤਾ ਹੋਇਆ ਸੀ 20 kg, ਉਹ 'ਚੋਂ ਫਿਰ ਇਹ ਸਮਾਨ ਮਿਲਿਆ, ਉਹਦੀ ਸੋਰਸ ਪੁੱਛੀ ਗਈ ਤਾਂ ਉਹਨੂੰ ਸੈਟਿਸਫੈਕਟਰੀਲੀ ਆਨਸਰ ਨਹੀਂ ਕਰ ਪਾਇਆ। ਐਂਡ ਦੈਨ ਜਦੋਂ ਉਹਦੇ ਐਂਟੀਸੀਡੈਂਟਸ ਵੈਰੀਫਾਈ ਕੀਤੇ ਗਏ ਤਾਂ ਉਹ 'ਚ ਇਹ ਪਤਾ ਚੱਲਿਆ ਦੈਟ ਹੀ ਇਜ਼ ਨੋਟ ਇਨ ਦਾ ਆਰਮੀ ਐਂਡ ਉਹ ਇੱਕ ਫੇਕ ਆਰਮੀ ਪਰਸਨ ਬਣ ਕੇ ਇੰਪਰਸਨੇਟ ਕਰਦਾ। ਹਾਲੇ ਤੱਕ ਤਾਂ ਜੀ ਕੋਈ ਰੋਲ ਨਹੀਂ ਆਇਆ, ਬਟ ਇਹਦੇ ਵਿੱਚ ਇਹਨੇ ਵਰਦੀਆਂ ਕਿਉਂ ਪ੍ਰੋਕਿਓਰ ਕੀਤੀਆਂ, ਇਹਨਾਂ ਦਾ ਉਹ ਕੀ ਕਰਨਾ ਚਾਹੁੰਦਾ ਸੀ, ਉਹਨੂੰ ਕਿਸ ਪਾਸੇ ਉਹ ਯੂਜ਼ ਕਰਨਾ ਚਾਹੁੰਦਾ ਸੀ ਜਾਂ ਉਹਦਾ ਇੱਕ ਮਹਿਜ਼ ਇੱਕ ਸ਼ੌਕ ਸੀ, ਉਹ ਸਾਰੀਆਂ ਗੱਲਾਂ ਆਪਾਂ ਵੈਰੀਫਾਈ ਕਰਾਂਗੇ ਜੀ। ਉਹਦਾ ਆਧਾਰ ਕਾਰਡ ਸਾਨੂੰ ਮਿਲਿਆ, ਸੋ ਉਹ ਵੀ ਆਪਾਂ ਉਹਦੀ ਪਹਿਚਾਣ ਸਟੈਬਲਿਸ਼ ਕਰਦੇ ਪਏ। ਇਹ ਬੰਦਾ ਜਿਹੜਾ ਹੈ ਇਹ ਐਜ਼ ਆਫ ਨਾਓ ਜੰਮੂ ਕਸ਼ਮੀਰ 'ਚ ਕੰਮ ਕਰਦਾ ਐਜ਼ ਅ JCB ਐਕਸਕੇਵੇਟਰ, 30 ਸਾਲ ਇਹਦੀ ਉਮਰ ਹੈਗੀ, ਤਾਂ ਉੱਧਰੋਂ ਜਿੱਧਰ ਇਹਦੀ ਇੰਪਲੋਇਮੈਂਟ ਹੈ ਉੱਥੋਂ ਵੀ ਆਪਾਂ ਵੈਰੀਫਾਈ ਕਰਦੇ।